ਆ ਦੇਖੋ ਇੰਜ ਹੁੰਦਾ ਏ ਮੈਕਸੀਕੋ ਦਾ ਬਾਰਡਰ ਪਾਰ। ਮੈਕਸੀਕੋ ਦਾ ਬਾਰਡਰ ਪਾਰ ਕਰਕੇ ਇੰਜ ਅਮਰੀਕਾ ਦੇ ਵਿੱਚ ਵੜਦੇ ਨੇ ਲੋਕ। ਇਹ ਲੋਕ ਜਿਹੜੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਨੇ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਸਿਰ 'ਤੇ ਡਰੋਨ ਮੰਡਰਾ ਰਿਹਾ ਏ ਅਤੇ ਸਾਰੀ ਤਸਵੀਰ ਇਸ ਡਰੋਨ ਦੇ ਵਿੱਚ ਕੈਦ ਹੋ ਰਹੀ ਹੈ। ਦੇਖ ਸਕਦੇ ਹੋ ਕਿ ਬੱਚੇ ਵੀ ਨਾਲ ਨੇ, ਇਸ ਫੈਮਿਲੀ ਲੱਗ ਰਹੀ ਹੈ ਦੇਖਣ ਦੇ ਵਿੱਚ। ਅਤੇ ਇਹਨਾਂ ਦੇ ਵੱਲੋਂ ਇਸੇ ਥਾਂ ਤੋਂ ਬਾਰਡਰ ਕ੍ਰੋਸ ਕੀਤੇ ਜਾਣਾ ਸੀ, ਪਰ ਦੂਜੀ ਥਾਂ 'ਤੇ ਆਰਮੀ ਖੜ੍ਹੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ, ਜਿੱਥੋਂ ਇਹਨਾਂ ਨੇ ਬਾਰਡਰ ਕ੍ਰੋਸ ਕਰਨਾ ਹੈ। ਦੂਜੇ ਪਾਸੇ ਪਾਣੀ, ਇੱਕ ਪਾਸੇ ਪਾਣੀ ਹੈ ਅਤੇ ਦੂਜੇ ਪਾਸੇ ਆਰਮੀ ਖੜ੍ਹੀ ਹੋਈ ਹੈ, ਅਮੈਰੀਕਨ ਆਰਮੀ ਖੜ੍ਹੀ ਹੋਈ ਹੈ। ਤਾਂ ਦੱਸ ਦਈਏ ਕਿ ਇਸ ਥਾਂ ਦਾ ਨਾਮ ਦੱਸਿਆ ਜਾਂਦਾ ਹੈ ਈਗਲ ਪਾਸ। ਇਸੇ ਥਾਂ ਤੋਂ ਜ਼ਿਆਦਾਤਰ ਜਿਹੜੇ ਹਿੰਦੁਸਤਾਨੀ ਨੇ ਜਾਂ ਫਿਰ ਹੋਰ ਦੇਸ਼ਾਂ ਦੇ ਮਾਈਗ੍ਰੈਂਟਸ ਨੇ ਜਿਹੜੇ ਇਸੇ ਥਾਂ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ, ਇਲੀਗਲ ਤੌਰ 'ਤੇ ਰਹਿਣ ਦੇ ਲਈ ਇਸੇ ਥਾਂ ਤੋਂ ਐਂਟਰੀ ਲੈਂਦੇ ਨੇ। ਤਾਂ ਹੁਣ ਅਮੈਰੀਕਨ ਆਰਮੀ ਦੇ ਵੱਲੋਂ ਇੱਥੇ ਇੱਕ ਆਰਮੀ ਦਾ ਬੰਕਰ ਬਣਾ ਦਿੱਤਾ ਗਿਆ ਹੈ ਜਿੱਥੇ ਹੁਣ ਆਰਮੀ ਤੈਨਾਤ ਰਹਿੰਦੀ ਹੈ। ਪਰ ਇਹ ਲੋਕ ਇਸ ਗੱਲ ਤੋਂ ਅਣਜਾਣ ਸੀ, ਇਹਨਾਂ ਨੂੰ ਨਹੀਂ ਪਤਾ ਸੀ ਕਿ ਈਗਲ ਪਾਸ ਦੇ ਕੋਲ, ਜਿਹੜਾ ਕਿ ਟੈਕਸਸ ਦੇ ਵਿੱਚ ਪੈਂਦਾ ਹੈ, ਇੱਥੇ ਇਹਨਾਂ ਨੂੰ ਆਰਮੀ ਮਿਲ ਜਾਵੇਗੀ। ਇਹ ਇਸ ਗੱਲ ਤੋਂ ਅਣਜਾਣ ਸਨ ਕਿ ਇੱਥੇ ਆਰਮੀ ਹੋ ਸਕਦੀ ਹੈ। ਤਾਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਜਿਹੜਾ ਬਾਰਡਰ ਹੈ, ਜਿਹੜੀ ਫੈਂਸਿੰਗ ਲੱਗੀ ਹੋਈ ਹੈ, ਕੰਡਿਆਲੀ ਤਾਰਾਂ ਲੱਗੀਆਂ ਹੋਈਆਂ ਨੇ, ਵੱਡੇ ਵੱਡੇ ਕੰਟੇਨਰ ਵਿਛੇ ਹੋਏ ਨੇ, ਉਹਨਾਂ ਦੇ ਨਾਲ ਨਾਲ ਚੱਲ ਕੇ ਇਹ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਇਹਨਾਂ ਨੂੰ ਨਹੀਂ ਪਤਾ ਕਿ ਦੂਜੇ ਸਿਰੇ 'ਤੇ ਇਹਨਾਂ ਦਾ ਸਵਾਗਤ ਕਰਨ ਦੇ ਲਈ ਆਰਮੀ ਖੜ੍ਹੀ ਹੈ। ਤਾਂ ਦੇਖੋ ਇਹ ਤਸਵੀਰਾਂ, ਸਪੈਸ਼ਲ ਤਸਵੀਰਾਂ ਨੇ ਜਿਹੜੀਆਂ ਈਗਲ ਪਾਸ ਟੈਕਸਸ ਯੂਨਾਈਟਿਡ ਸਟੇਟ ਤੋਂ ਸਾਹਮਣੇ ਆ ਰਹੀਆਂ ਨੇ। ਆ ਦੇਖੋ ਇੰਜ ਹੁੰਦਾ ਏ ਮੈਕਸੀਕੋ ਦਾ ਬਾਰਡਰ ਪਾਰ। ਮੈਕਸੀਕੋ ਦਾ ਬਾਰਡਰ ਪਾਰ ਕਰਕੇ ਇੰਜ ਅਮਰੀਕਾ ਦੇ ਵਿੱਚ ਵੜਦੇ ਨੇ ਲੋਕ। ਇਹ ਲੋਕ ਜਿਹੜੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਨੇ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਸਿਰ 'ਤੇ ਡਰੋਨ ਮੰਡਰਾ ਰਿਹਾ ਏ ਅਤੇ ਸਾਰੀ ਤਸਵੀਰ ਇਸ ਡਰੋਨ ਦੇ ਵਿੱਚ ਕੈਦ ਹੋ ਰਹੀ ਹੈ। ਦੇਖ ਸਕਦੇ ਹੋ ਕਿ ਬੱਚੇ ਵੀ ਨਾਲ ਨੇ, ਇਸ ਫੈਮਿਲੀ ਲੱਗ ਰਹੀ ਹੈ ਦੇਖਣ ਦੇ ਵਿੱਚ। ਅਤੇ ਇਹਨਾਂ ਦੇ ਵੱਲੋਂ ਇਸੇ ਥਾਂ ਤੋਂ ਬਾਰਡਰ ਕ੍ਰੋਸ ਕੀਤੇ ਜਾਣਾ ਸੀ, ਪਰ ਦੂਜੀ ਥਾਂ 'ਤੇ ਆਰਮੀ ਖੜ੍ਹੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ, ਜਿੱਥੋਂ ਇਹਨਾਂ ਨੇ ਬਾਰਡਰ ਕ੍ਰੋਸ ਕਰਨਾ ਹੈ। ਦੂਜੇ ਪਾਸੇ ਪਾਣੀ, ਇੱਕ ਪਾਸੇ ਪਾਣੀ ਹੈ ਅਤੇ ਦੂਜੇ ਪਾਸੇ ਆਰਮੀ ਖੜ੍ਹੀ ਹੋਈ ਹੈ, ਅਮੈਰੀਕਨ ਆਰਮੀ ਖੜ੍ਹੀ ਹੋਈ ਹੈ। ਤਾਂ ਦੱਸ ਦਈਏ ਕਿ ਇਸ ਥਾਂ ਦਾ ਨਾਮ ਦੱਸਿਆ ਜਾਂਦਾ ਹੈ ਈਗਲ ਪਾਸ। ਇਸੇ ਥਾਂ ਤੋਂ ਜ਼ਿਆਦਾਤਰ ਜਿਹੜੇ ਹਿੰਦੁਸਤਾਨੀ ਨੇ ਜਾਂ ਫਿਰ ਹੋਰ ਦੇਸ਼ਾਂ ਦੇ ਮਾਈਗ੍ਰੈਂਟਸ ਨੇ ਜਿਹੜੇ ਇਸੇ ਥਾਂ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ, ਇਲੀਗਲ ਤੌਰ 'ਤੇ ਰਹਿਣ ਦੇ ਲਈ ਇਸੇ ਥਾਂ ਤੋਂ ਐਂਟਰੀ ਲੈਂਦੇ ਨੇ। ਤਾਂ ਹੁਣ ਅਮੈਰੀਕਨ ਆਰਮੀ ਦੇ ਵੱਲੋਂ ਇੱਥੇ ਇੱਕ ਆਰਮੀ ਦਾ ਬੰਕਰ ਬਣਾ ਦਿੱਤਾ ਗਿਆ ਹੈ ਜਿੱਥੇ ਹੁਣ ਆਰਮੀ ਤੈਨਾਤ ਰਹਿੰਦੀ ਹੈ। ਪਰ ਇਹ ਲੋਕ ਇਸ ਗੱਲ ਤੋਂ ਅਣਜਾਣ ਸੀ, ਇਹਨਾਂ ਨੂੰ ਨਹੀਂ ਪਤਾ ਸੀ ਕਿ ਈਗਲ ਪਾਸ ਦੇ ਕੋਲ, ਜਿਹੜਾ ਕਿ ਟੈਕਸਸ ਦੇ ਵਿੱਚ ਪੈਂਦਾ ਹੈ, ਇੱਥੇ ਇਹਨਾਂ ਨੂੰ ਆਰਮੀ ਮਿਲ ਜਾਵੇਗੀ। ਇਹ ਇਸ ਗੱਲ ਤੋਂ ਅਣਜਾਣ ਸਨ ਕਿ ਇੱਥੇ ਆਰਮੀ ਹੋ ਸਕਦੀ ਹੈ। ਤਾਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਜਿਹੜਾ ਬਾਰਡਰ ਹੈ, ਜਿਹੜੀ ਫੈਂਸਿੰਗ ਲੱਗੀ ਹੋਈ ਹੈ, ਕੰਡਿਆਲੀ ਤਾਰਾਂ ਲੱਗੀਆਂ ਹੋਈਆਂ ਨੇ, ਵੱਡੇ ਵੱਡੇ ਕੰਟੇਨਰ ਵਿਛੇ ਹੋਏ ਨੇ, ਉਹਨਾਂ ਦੇ ਨਾਲ ਨਾਲ ਚੱਲ ਕੇ ਇਹ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਇਹਨਾਂ ਨੂੰ ਨਹੀਂ ਪਤਾ ਕਿ ਦੂਜੇ ਸਿਰੇ 'ਤੇ ਇਹਨਾਂ ਦਾ ਸਵਾਗਤ ਕਰਨ ਦੇ ਲਈ ਆਰਮੀ ਖੜ੍ਹੀ ਹੈ। ਤਾਂ ਦੇਖੋ ਇਹ ਤਸਵੀਰਾਂ, ਸਪੈਸ਼ਲ ਤਸਵੀਰਾਂ ਨੇ ਜਿਹੜੀਆਂ ਈਗਲ ਪਾਸ ਟੈਕਸਸ ਯੂਨਾਈਟਿਡ ਸਟੇਟ ਤੋਂ ਸਾਹਮਣੇ ਆ ਰਹੀਆਂ ਨੇ।